ਵਾਈਰਸ ਦੀ دہشت ਬਰਕਰਾਰ ਹੈ ਆਏ ਦਿਨ ਮਰੀਜ਼ਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ ਅਦੇਸ਼ ਨੇ ਸਭ ਦੇ ਸਾਹ ਸੁੱਤੇ ਹੋਏ ਹਨ ਭਾਰਤ ਵਿੱਚ ਕਰੋਨਾ ਵਾਇਰਸ ਦੇ 6 ਮਰੀਜ਼ ਪੋਜ਼ਿਟਿਵ ਪਾਏ ਗਏ ਹਨ ਡਾਕਟਰ ਪਿਆਰਾ لال ਗਰਗ ਵੱਲੋਂ ਵਾਇਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਇਸ ਮਹਾਮਾਰੀ ਬਾਰੇ ਉਹ ਤੱਥ ਸਾਹਮਣੇ ਲਿਆਂਦੇ ਗਏ ਹਨ ਜੋ ਹੁਣ ਤੱਕ ਤੁਹਾਡੇ ਸਾਡੇ ਲਈ ਅਣਗੌਲੇ ਹੋਣਗੇ ਡਾਕਟਰ ਪਿਆਰਾलाल ਗਰਗ ਲਿਖਦੇ ਹਨ ਕਿ ਕਰੋਨਾ ਵਾਇਰਸ ਨੇ ਸੰਸਾਰ ਵਿੱਚ ਦਹਿਸ਼ਤ ਫੈਲਾ ਰੱਖੀ ਹੈ ਅੱਜ ਇਹ ਮੌਤ ਦਾ ਸੁਦਾਗਰ ਬਣ ਕੇ ਪੇਸ਼ ਹੋਇਆ ਹੈ ਬੇਸ਼ੱਕ ਭਾਰਤ ਵਿੱਚ ਸਿਰਫ 3 ਮਾਮਲੇ ਹੀ ਸਾਹਮਣੇ ਆਏ ਹਨ ਅਤੇ ਪੰਜਾਬ ਵਿੱਚ ਤਾਂ ਇੱਕ ਵੀ ਮਰੀਜ਼ ਜਿਸ ਤੋਂ ਪੀੜਤ ਨਹੀਂ ਪਾਇਆ ਗਿਆ ਤਦ ਵੀ ਡਰ ਅਤੇ ਸਹਿਮ ਦਾ ਮਾਹੌਲ ਹੈ ਸੰਸਾਰ ਸਿਹਤ ਸੰਸਥਾ ਅਨੁਸਾਰ 23 ਫਰਵਰੀ 2020 ਤੱਕ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਬਿਮਾਰੀ ਪੈਰ ਪਾ ਚੁੱਕੀ ਹੈ ਸੰਸਥਾਵਾਂ ਤੋਂ ਜਾਰੀ ਸੰਸਾਰ ਭਰ ਦੇ ਮਰੀਜ਼ਾਂ ਦੇ ਅੰਕੜਿਆਂ ਅਨੁਸਾਰ 23 ਫਰਵਰੀ ਤੱਕ ਕੁੱਲ 78811 ਮਰੀਜ਼ ਪਾਏ ਗਏ ਅਤੇ 2462 ਮੌਤਾਂ ਹੋਈਆਂ ਹਨ ਸਭ ਤੋਂ ਵੱਧ ਮਰੀਜ਼ 76936 ਅਤੇ ਮੌਤਾਂ 2442 ਚੀਨ ਵਿੱਚ ਜਿਸ ਤੋਂ ਬਾਅਦ ਦੱਖਣੀ ਕੋਰੀਆ 602, ਈਰਾਨ ਵਿੱਚ 343, ਜਾਪਾਨ ਵਿੱਚ 132, ਇਟਲੀ ਵਿੱਚ 130, ਸਿੰਗਾਪੁਰ ਵਿੱਚ 99, ਹਾਂਗਕਾਂਗ ਵਿੱਚ 70, థਾਈਲੈਂਡ ਵਿੱਚ 35 ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 35 ਕਰੋਨਾ ਵਾਇਰਸ ਦੇ ਮਰੀਜ਼ ਪਾਏ ਗਏ। ਚੀਨ ਦੀਆਂ ਜੇਲ੍ਹਾਂ ਵਿੱਚ ਵੀ ਕਰੋਨਾ ਦੇ 512 ਮਰੀਜ਼ ਪਾਏ ਗਏ। ਚੀਨ ਦੇ ਹੁਬਈ ਰਾਜ ਦੀ ਰਾਜਧਾਨੀ ਵਾਹੂਨ ਵਿੱਚ ਉਬਰੀ ਇਸ ਬਿਮਾਰੀ ਨਾਲ ਇਸੇ ਰਾਜ ਵਿੱਚ 2000 ਤੋਂ ਵੱਧ ਮੌਤਾਂ ਹੋਈਆਂ ਹਨ ਦਸੰਬਰ 2019 ਦੇ ਅਖੀਰ ਵਿੱਚ ਸ਼ੁਰੂ ਹੋਏ ਤੇ ਜਨਵਰੀ ਫਰਵਰੀ ਵਿੱਚ ਤੇਜ਼ੀ ਨਾਲ ਫੈਲੇ ਸਾਰਸ ਕੋਰੋਨਾ ਵਾਇਰਸ 2 ਦੇ ਨਵੇਂ ਮਰੀਜ਼ਾਂ ਦੀ ਗਿਣਤੀ ਹੁਣ ਤੇਜ਼ੀ ਨਾਲ ਘਟ ਰਹੀ ਹੈ ਅਤੇ 20 ਫਰਵਰੀ ਤੱਕ ਇਹ ਰੋਜ਼ਾਨਾ 411 ਰਹਿ ਗਈ ਸੀ ਇਸ ਰੋਗ ਨੂੰ ਹੁਨਾੜ ਦੀ ਸਮੁੰਦਰੀ ਭੋਜਨ ਦੀ ਥੋਕ ਮੰਡੀ ਨਾਲ ਜੋੜਿਆ ਜਾਂਦਾ ਹੈ ਬੇਸ਼ੱਕ 1 ਦਸੰਬਰ 2019 ਨੂੰ ਆਇਆ ਪਹਿਲਾ ਮਾਮਲਾ ਇਸ ਮੰਡੀ ਨਾਲ ਸਬੰਧਤ ਨਹੀਂ ਸੀ ਚੀਨ ਨੇ ਬਹੁਤ ਹੀ ਮੁਸਤਿਆਦੀ ਨਾਲ ਅਦੇ ਕੁਮਾਂਤਰੀ ਸਹਿਯੋਗ ਨਾਲ ਇਸ ਨੂੰ ਸੰਬੰਧਿਤ ਰਾਜ ਹੁਬਈ ਤੋਂ ਬਾਹਰ ਤੇਜ਼ੀ ਨਾਲ ਫੈਲਣ ਤੋਂ ਰੋਕ ਲਿਆ ਚੀਨ ਦੇ ਲਾਗਦੀਆਂ ਬਿਮਾਰੀਆਂ ਦੇ ਸੈਂਟਰ ਨੇ ਜਨਵਰੀ ਦੇ ਸ਼ੁਰੂ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਵਿਸ਼ਾਣੂ ਚਮਗਿੱਦੜ ਅਤੇ ਪੈਂਗੂਲਿਨ ਜਾਨਵਰਾਂ ਦੇ ਕਰੋਨਾ ਵਿਸ਼ਾਣੂ ਦੇ 2003 ਵਿੱਚ ਫੈਲੇ SARS ਕਰੋਨਾ ਵਾਇਰਸ 1 ਨਾਲ ਮਿਲਦਾ ਜੁਲਦਾ ਹੈ ਰੋਗੀ ਦੇ ਸੰਪਰਕਾਂ ਨੂੰ ਵਕ-ਵਕ ਨਿਗਰਾਨੀ ਹੇਠ ਰੱਖਣਾ ਜਿਵੇਂ ਜਾਪਾਨ ਵਿੱਚ ਡਾਇਮੰਡ ਪੈਰਾਸੈਂਸ ਕੁਰੰਜ ਬੇੜੇ ਦਾ ਕੁਆਰੰਟਾਈਨ ਕ੍ਰਾਫਿਊ ਲਗਾਉਣਾ ਜਿਵੇਂ ਸੈਂਟਰਲ ਚੀਨ ਵਿੱਚ 17 ਕਰੋੜ ਲੋਕਾਂ ਤੇ ਦੱਖਣੀ ਕੋਰੀਆ ਦੇ ਡਾਈਗੋ ਵਿੱਚ ਸਵੈ ਕ੍ਰਾਫਿਊ ਤੇ ਇਟਲੀ ਦੇ ਲੰਬਾਡੀ ਤੇ ਵਨੈਟੋ ਦੇ 12 ਸ਼ਹਿਰਾਂ 'ਚ 50 ਹਜ਼ਾਰ ਲੋਕਾਂ ਤੇ ਕ੍ਰੈਫਿਊ ਸੰਬੰਧੀ ਐਲਾਨਨਾਮੇ ਸਰੀਰਕ ਤਾਪ ਦਾ ਨਿਰਖਣ ਅਤੇ ਰੋਗ ਵਿਛਾਣੂ ਵਾਹਕ ਵਿਅਕਤੀ ਦੀ ਪਛਾਣ ਦੇ ਚਿੰਨ ਆਦਨੇ ਬਿਮਾਰੀ ਨੂੰ ਹੁਬਈ ਵਿੱਚੋਂ ਬਾਹਰ ਫੈਲਣ ਤੋਂ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ। ਇਨ੍ਹਾਂ ਤੱਥਾਂ ਦੇ ਬਾਵਜੂਦ ਪੱਛਮ ਵੱਲ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਚੀਨ ਨੇ ਇਸ ਬਿਮਾਰੀ ਨੂੰ ਲੁਕਾ ਕੇ ਰੱਖਿਆ। ਸੰਸਾਰ ਸਿਹਤ ਸੰਸਥਾ ਨੇ ਕੋਰੋਨਾ ਵਾਇਰਸ ਫੈਲਣ ਨੂੰ ਗੁਮਾਂਤਰੀ ਸਰਕਾਰ ਵਾਲੀ ਜਨ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਇਸ ਦੇ ਲੱਛਣ ਆਮ ਜ਼ੁਕਾਮ ਅਤੇ ਗਲਾ ਖਰਾਬ ਹੋਣ ਦੇ ਲੱਛਣਾਂ ਤੋਂ ਕੁਝ ਵੱਧ ਹੁੰਦੇ ਹਨ ਬੁਖਾਰ ਖੰਗ ਜ਼ੁਕਾਮ ਨਿਛਾ ਗਲਾ ਖਰਾਬ ਸਾਹ ਲੈਣ ਵਿੱਚ ਤਕਲੀਫ ਤੇ ਸਾਹ ਚੜਨਾ ਖੰਗ ਜ਼ੁਕਾਮ ਜਾਂ ਨਿਛ ਮਾਰ ਨਾਲ ਰੋਗੀ ਦੀ ਸਾਹ ਪ੍ਰਣਾਲੀ ਵਿੱਚੋਂ ਨਿਕਲੇ ਤੁਪਕੇ ਅੱਗੇ ਦੂਜੇ ਇਨਸਾਨ ਦੀ ਸਾਹ ਪ੍ਰਣਾਲੀ ਤੱਕ ਜਾਣ ਨਾਲ ਇਹ ਰੋਗ ਫੈਲਦਾ ਹੈ ਵਿਸ਼ਾਣੂ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਆਮ ਕਰਕੇ 5-6 ਦਿਨਾਂ ਦੇ ਵਿੱਚ ਬਿਮਾਰੀ ਦੇ ਲੱਛਣ ਸ਼ੁਰੂ ਕਰ ਦਿੰਦੇ ਹਨ ਨਮੂਨੀਆ ਅਤੇ ਸਾਹ ਦੀ ਬਹੁਤ ਹੀ ਜ਼ਿਆਦਾ ਤਕਲੀਫ ਬਿਮਾਰੀ ਦੇ ਗੰਭੀਰ ਹੋਣ ਦੇ ਲੱਛਣ ਹਨ ਇਸ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਰੋਗੀ ਨੂੰ ਵੱਖਰਾ ਤੇ ਨਵੇਕਲਾ ਰੱਖਿਆ ਜਾਵੇ ਰੋਗੀ ਨੂੰ ਖੰਗਣ ਨਿਛਮਾਰਨ ਵਕਤ ਮੂੰਹ ਅਤੇ ਨੱਕ ਨੂੰ ਰੁਮਾਲ ਪਰਨੇ ਮਫਲਰ ਕੱਪੜੇ ਹੱਥਾਂ ਜਾਂ ਕੂਣੀ ਨਾਲ ਢੱਕ ਲੈਣਾ ਚਾਹੀਦਾ ਹੈ ਹੱਥ ਸਾਫ਼ ਪਾਣੀ ਨਾਲ ਵਾਰ-ਵਾਰ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ ਹੱਥ ਧੋਣ ਵਾਸਤੇ ਸਪਿਰਟ ਜਾਂ ਅਲਕੋਹਲ ਵਾਲੇ ਪਾਣੀ ਦੀ ਥਾਂ ਸਾਬਣ ਦੀ ਵਰਤੋਂ ਬਿਹਤਰ ਹੈ ਸੈਨੀਟਾਈਜ਼ਰ ਵਰਤ ਲਿਆ ਜਾਵੇ ਤਾਂ ਉਹ ਵੀ ਬਿਹਤਰ ਹੈ ਬੁਖਾਰ ਤੇ ਖੰਗ ਜ਼ੁਕਾਮ ਵਾਲਿਆਂ ਦੇ ਕੋਲ ਜਾਣ ਵੇਲੇ ਉਨ੍ਹਾਂ ਤੋਂ 1 ਮੀਟਰ ਦੀ ਦੂਰੀ ਤੇ ਰਹੋ ਆਪਣੇ ਮੂੰਹ ਤੇ ਨੱਕ ਰੁਮਾਲ ਕੱਪੜੇ ਨਾਲ ਟੱਕ ਕੇ ਰੱਖੋ ਅਤੇ ਜੇ ਜ਼ਰੂਰੀ ਹੋਵੇ ਤਾਂ ਮਾਸਕ ਵਰਤ ਲਵੋ ਬੰਨਣ ਵੇਲੇ ਮਾਸਕ ਨੂੰ ਅੱਗੋਂ ਨਾ ਛੂਹੋ ਮੂੰਹ ਤੇ ਮਾਸਕ ਵਿੱਚਕਾਰ ਖਾਲੀ ਥਾਂ ਨਾ ਰੱਖੋ ਮਾਸਕ ਗਿੱਲਾ ਖੂਨ ਤੇ ਨਮਾ ਲਗਾਓ ਲਹਣ ਵੇਲੇ ਪਿੱਛੋਂ ਤਣੀ ਖੋਲ ਕੇ ਲਾਓ ਇੱਕ ਵਾਰ ਵਰਤਿਆ 마ਸਕ ਦੁਬਾਰਾ ਨਾ ਵਰਤੋ ਰੋਕੀ ਨਾਲ ਹੱਥ ਨਾ ਮਲਾਇਆ ਜਾਵੇ ਬਾਹਰੋਂ ਆਏ ਪੈਕਟ ਆਰ ਲੈਂਡ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ ਵਾਇਰਸ ਇਨਾ ਉੱਪਰ ਕੁਝ ਘੰਟਿਆਂ ਤੋਂ ਜ਼ਿਆਦਾ ਦੇਰ ਜਾਉਂਦਾ ਨਹੀਂ ਰਹਿੰਦਾ ਮੀਟ ਮੰਡੀ ਵਿੱਚ ਜਾਂਦੇ ਜਾਨਵਰਾਂ ਨਾਲ ਸੰਪਰਕ ਤੋਂ ਬਚੋ ਜਾਨਵਰਾਂ ਅਤੇ ਜਾਨਵਰ ਉਤਪਾਦਾਂ ਨੂੰ ਛੂਣ ਤੋਂ ਬਾਅਦ ਹੱਥ ਧੋਵੋ ਬਿਮਾਰ ਜਾਨਵਰਾਂ ਦੇ ਖਰਾਬ ਹੋਏ ਉਤਪਾਦਾਂ ਨੂੰ ਨਾ ਛੂਓ ਮੰਡੀ ਵਿੱਚ ਅਵਾਰਾ ਕੁੱਤੇ ਬਿੱਲੀਆਂ ਚੂਹਿਆਂ ਪੰਛਮੀਆਂ ਤੇ ਚਮਕੇਦੜਾਂ ਨਾਲ ਸੰਪਰਕ ਤੋਂ ਬਚੋ ਕੱਚੇ ਜਾਨਵਰ ਉਤਪਾਦ ਨਾ ਖਾਓ। ਚੀਨ ਦੇ ਖੋਜੀਆਂ ਨੇ 72314 ਮਾਮਲਿਆਂ ਦਾ ਅਧਿਐਨ ਕਰਕੇ ਸਿੱਟਾ ਕੱਢਿਆ ਹੈ ਕਿ ਨੋਵਲ ਕਰੋਨਾ ਵਾਇਰਸ ਔਰਤਾਂ ਦੇ ਮੁਕਾਬਲੇ ਮਰਦਾਂ ਲਈ ਜ਼ਿਆਦਾ ਕਾਤਕ ਹੈ ਅਤੇ ਮੌਤ ਦਾ ਸੂਦਾਗਰ ਹੈ। ਸੰਸਾਰ ਸਿਹਤ ਸੰਸਥਾ ਦੇ ਅਧਿਕਾਰੀਆਂ ਅਨੁਸਾਰ ਕਰੋਨਾ ਵਾਇਰਸ ਦੀ ਨਵੀਂ ਕਿਸਮ 80% ਮਰੀਜ਼ਾਂ ਵਿੱਚ ਹਲਕੇ ਜ਼ੁਕਾਮ ਦੇ ਲੱਛਣ ਪੈਦਾ ਕਰਦੀ ਹੈ। ਇਸ ਬਿਮਾਰੀ ਦੇ ਇਲਾਜ ਵਿੱਚ ਕਿਸੇ ਐਂਟੀਬਾਇਓਟਿਕ ਦੀ ਸਿੱਧੀ ਭੂਮਿਕਾ ਨਹੀਂ ਹੈ। ਲੱਛਣਾ ਲਈ ਤੇ ਸਾਹ ਨੂੰ ਸੌਖਾ ਕਰਨ ਵਾਸਤੇ ਸਰੀਰ ਦੀ ਆਕਸੀਜਨ ਲੋੜ ਪੂਰੀ ਕਰਨ ਵਾਸਤੇ ਕੀਤੇ ਯਤਨ ਹੀ ਇਲਾਜ ਹਨ ਕਰੋਨਾ ਵਾਇਰਸ ਵਾਸਤੇ ਵੀ ਵੈਕਸੀਨ ਅਤੇ ਐਂਟੀਵਾਇਰਲ ਦਵਾਈਆਂ ਤੇ ਖੋਜ ਹੋਈ ਹੈ ਚੀਨ ਨੇ ਜਾਨਵਰਾਂ ਤੋਂ ਬਾਅਦ ਇਨਸਾਨਾਂ ਤੇ ਟੈਸਟ ਕਰਨੇ ਹਨ ਅਮਰੀਕੀ ਵੈਕਸੀਨ ਨੇ ਵੀ ਮਨੁੱਖੀ ਪ੍ਰੀਖਣ ਅਪ੍ਰੈਲ 2020 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਸੰਸਾਰ ਸਿਹਤ ਸੰਸਥਾ ਅਨੁਸਾਰ ਇਲਾਜ ਵਾਸਤੇ ਦਵਾਈਆਂ ਦੇ ਕਲੀਨਿਕਲ ਟਰਾਇਲ ਦੇ ਮੁੱਢਲੇ ਨਤੀਜੇ ਤਿੰਨ ਹਫ਼ਤੇ ਵਿੱਚ ਆ ਜਾਣਗੇ ਇੱਕ ਟਰਾਇਲ ਵਿੱਚ ਐਡਜ਼ ਦੀ ਬਿਮਾਰੀ ਲੋਪਾਨਾਵੀਰ ਅਤੇ ਰੀਟੋਨਾਵੀਰ ਨੂੰ ਮਿਲਾ ਕੇ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਵਿੱਚ ਅਮਰੀਕਾ ਸਥਿਤ ਬਾਇਓਟੈਂਕ ਗਿਲੀਡਸ ਸਾਇੰਸਸਿਜ਼ ਨਾਮੀ ਸੰਸਥਾ ਵਾਇਰਸ ਵਿਰੋਧੀ ਦਵਾਈ ਰੈਮਡੀਜ਼ੀਵੀਰ ਨੂੰ ਟੈਸਟ ਕਰ ਰਹੀ ਹੈ ਅਤੇ ਇਸ ਬਿਮਾਰੀ ਦੇ ਇਲਾਜ ਅਤੇ ਰੋਕਥਾਮ ਤੌਰ ਤਰੀਕੇ ਸ਼ਾਮਿਲ ਹਨ ਜਲਦੀ ਪਤਾ ਲਗਾਉਣਾ ਜਲਦੀ ਰਿਪੋਰਟ ਜਲਦੀ ਕੁਆਰਟਾਈਨ ਤੇ ਆਈਸੋਲੇਸ਼ਨ ਜਲਦੀ ਪਛਾਣ ਯਾਨੀ ਪਛਾਣ ਤੇ ਜਲਦੀ ਇਲਾਜ ਕਰੋਨਾ ਦੇ ਹੁਣ ਤੱਕ ਜਿੰਨੇ ਕੁੱਲ ਮਰੀਜ਼ ਇਸ ਸੰਸਾਰ ਭਰ ਵਿੱਚ ਸਾਹਮਣੇ ਆਏ ਹਨ ਉਸ ਤੋਂ ਵੱਧ ਪੰਜਾਬ ਵਿੱਚ ਹੈਪੇਟਾਈਟਸ ਸੀ ਵਾਇਰਸ ਨਾਲ ਪੀੜਤ ਯਾਨੀ ਕਾਲੇ ਪੀਰੀਏ ਦੇ ਮਰੀਜ਼ ਹਨ ਜੋ ਨਾਂ ਜੰਮਿਆਂ ਵਿੱਚ ਤੇ ਨਾਂ ਮੋਇਆਂ ਵਿੱਚ ਪਰ ਇਸ ਕਾਲੇ ਪੀਲੇ ਦਾ ਕੋਈ ਵਾਵੇਲਾ ਨਹੀਂ ਇਸ ਬਾਬਤ ਵੀ ਸੋਚਣ ਦੀ ਲੋੜ ਹੈ ਕਰੋਨਾ ਵਾਇਰਸ ਦੇ ਇਲਾਜ ਲਈ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪ੍ਰਬੰਧ ਮੌਜੂਦ ਹਨ ਹਰ ਜ਼ਿਲ੍ਹਾ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਉਪਲਬਧ ਹਨ ਜਿਨ੍ਹਾਂ ਵਿੱਚ ਕੁੱਲ 423 ਬੈੱਡ ਹਨ ਅਤੇ ਅੰਮ੍ਰਿਤਸਰ ਫਰੀਦਕੋਟ ਪਟਿਆਲਾ ਜਲੰਧਰ ਮੋਗਾ ਮੁਕਸਰ ਤੇ ਫਿਰੋਜ਼ਪੁਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ 20 ਵੈਂਟੀਲੇਟਰ ਵੀ ਹਨ ਉਪਰੋਕਤ ਗਤੀਵਿਧੀਆਂ ਤੋਂ ਚੀਨ ਵਿਰੁੱਧ ਲੱਗੇ ਦੋਸ਼ਾਂ ਤੋਂ ਚੀਨ ਦੀ ਸੰਸਾਰ ਮੰਡੀ ਵਿੱਚ ਮੁਕਾਬਲੇਬਾਜ਼ੀ ਵਿੱਚ ਪਈ ਰੋਕ ਅਤੇ ਇਸ ਦੇ ਅਰਥਚਾਰੇ ਨੂੰ ਕੋਰੋਨਾ ਵਾਇਰਸ ਨਾਲ ਹੋਏ ਵਿਆਪਕ ਆਰਥਿਕ ਨੁਕਸਾਨ ਤੋਂ ਵੀ ਇਸ ਸ਼ਕਤ ਤੇ ਉਂਗਲ ਉਠਦੀ ਹੈ ਕਿ ਵਾਧਾ ਕਿਤੇ ਸੰਸਾਰ ਮੰਡੀ ਦੀ ਆਰਥਿਕ جنگ ਦਾ ਹਿੱਸਾ ਤਾਂ ਨਹੀਂ ਤੇ ਗਲੋਬ ਐਡਵਾਈਸ ਓਵਰਸੀਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀ ਵਿੱਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ